ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਤੇ ਮੁੜ ਤੋਂ ਆਪ ਸਰਕਾਰ ਨੂੰ ਘੇਰਿਆ ਹੈ। ਦਰਅਸਲ ਮੁੱਦਾ ਇਸ ਵਾਰ ਵੀ ਉਹੀ ਹੈ ਜੋ ਪਿਛਲੀ ਵਾਰ ਸੀ, ਨਜਾਇਜ਼ ਮਾਈਨਿੰਗ ਦਾ। ਪਿਛਲੀ ਵਾਰ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਕਰਕੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਸਨ ਅਤੇ ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਜਿੱਥੇ ਸਰਕਾਰ ਨੂੰ ਆੜੇ ਹੱਥ ਲਿਆ ਹੈ ਤਾਂ ਉੱਥੇ ਹੀ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਨੂੰ ਲੈ ਕੇ ਉਹਨਾਂ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਹੈ ਕਿ ਧੜੱਲੇ ਦੇ ਨਾਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੰਗਲੀ ਜ਼ਮੀਨ ਦੇ ਉੱਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਿੱਥੇ ਕਿ ਅਜਿਹੀ ਗਤੀਵਿਧੀ ਕਰਨ ਦੇ ਉੱਤੇ ਮਨਾਹੀ ਹੁੰਦੀ ਹੈ, ਪਰ ਇਸ ਦੇ ਬਾਵਜੂਦ ਇੱਥੇ ਇਹ ਕੰਮ ਧੜੱਲੇ ਦੇ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਆਪ ਦਾ ਲਾਲਚ ਪ੍ਰਸ਼ਾਸਨ ਦੇ ਸਾਰੇ ਹੀ ਮਾਪਦੰਡਾਂ ਨੂੰ ਛਿੱਕੇ ਟੰਗ ਰਿਹਾ ਹੈ। ਦਰਅਸਲ ਹੁਣ ਜਿਹੜੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ ਉਹ ਪਿੰਡ ਮਹਿਰਾ ਦੀਆਂ ਦੱਸੀਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਜੰਗਲ ਦੀ ਜ਼ਮੀਨ ਹੈ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਪਿੰਡ ਮਹਿਰਾ ਵਿੱਚ ਸੈਕਸ਼ਨ 4 and 5 ਫੋਰੈਸਟ ਏਰੀਏ ਵਿੱਚੋਂ ਮਾਈਨਿੰਗ ਕਰ ਰਹੀ ਕੋਕਲੇਨ ਵਿੱਚ ਕ੍ਰਸ਼ਰ ਦੀ ਮਾਈਨਿੰਗ ਹੋ ਰਹੀ ਹੈ, ਜੋ ਕਿ ਇਲੀਗਲ ਸੋਰਸ ਤੋਂ ਮਾਈਨਿੰਗ ਕਰਕੇ ਕ੍ਰਸ਼ਰ ਚਲਾ ਜਾ ਰਿਹਾ ਹੈ। ਇੱਥੇ ਕਿਸੇ ਵੀ ਫੱਡ ਵਿੱਚ ਕੋਈ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਹੈ, ਕੋਈ ਇਲੀਗਲ ਸੋਰਸ ਨਹੀਂ ਹੈ, ਉਹ ਚਲਾ ਜਾ ਰਿਹਾ ਹੈ। ਮੇਰਾ ਇੱਕ ਦਫਾ 4-5 ਦੇ ਵਿੱਚ ਇਸ ਟਾਈਮ ਪ੍ਰੋਸੈਸ ਚੱਲ ਰਿਹਾ ਹੈ, ਜਿੱਥੇ ਕੋਈ ਵੀ ਮਾਈਨਿੰਗ ਨਹੀਂ ਹੋ ਸਕਦੀ, ਨਾ ਹੀ ਕੋਈ ਇੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਹੋ ਸਕਦੀ ਹੈ। ਇੱਥੇ ਸਰੇਆਮ ਰਾਤ ਦੇ ਹਨੇਰੇ ਵਿੱਚ ਇਹ ਮਾਈਨਿੰਗ ਕਰਕੇ ਪ੍ਰੋਸੈਸ ਚਲਾਇਆ ਜਾ ਰਿਹਾ ਹੈ। ਇਸ ਨੂੰ ਕੋਈ ਪ੍ਰਸ਼ਾਸਨ ਦੀ ਰੋਕ ਟੋਕ ਨਹੀਂ ਹੈ।